ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਰੀਡਰ 4ਏ ਵਿੱਚ ਜੀ ਆਇਆਂ ਨੂੰ ਅੱਜ ਅਸੀਂ ਲੈਸਨ ਨੰਬਰ 2 ਕਰਾਂਗੇ ਪਿਛਲੇ ਹਫਤੇ ਤੁਸੀਂ ਆਪਣੇ ਬਾਰੇ ਜਾਣ ਪਛਾਣ ਲਿਖੀ ਸੀ ਆਪਾਂ ਕਲਾਸ ਵਿੱਚ ਕੀਤੀ ਵੀ ਸੀ ਅੱਜ ਅਸੀਂ ਕਲਾਸ ਵਿੱਚ ਆਪਣੀ ਜਾਣ ਪਛਾਣ ਦੱਸਾਂਗੇ ਠੀਕ ਹੈ ਸੋ ਅਗਲੇ ਵੀ 25 ਮਿੰਟ ਤੁਸੀਂ ਆਪਣੀ ਕਲਾਸ ਦੇ ਵਿੱਚ ਜਦੋਂ ਮਿਲੋਗੇ ਤਾਂ ਤੁਸੀਂ ਇੱਕ ਦੂਸਰੇ ਨਾਲ ਜਾਣ ਪਛਾਣ ਕਰੋਗੇ ਮੇਰੇ ਨਾਲ ਤੁਸੀਂ ਅੱਜ ਲੈਸਨ ਨੰਬਰ 2.2 ਕਰੋਗੇ ਆਸਕਿੰਗ ਫਾਰ ਪਰਮਿਸ਼ਨ ਯੂ ਵਿਲ ਲਰਨ ਟੂ ਆਸਕ ਫਾਰ ਪਰਮਿਸ਼ਨ ਟੂ ਡੂ ਸਮਥਿੰਗ ਜਦ ਤੁਹਾਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਤਾਂ ਤੁਸੀਂ ਕਿਵੇਂ ਉਹ ਚੀਜ਼ ਮੰਗਦੇ ਹੋ ਅੱਜ ਅਸੀਂ ਸਿੱਖਾਂਗੇ ਕਿ ਟੀਚਰ ਕੋਲੋਂ ਕੋਈ ਕੰਮ ਕਰਨ ਲਈ ਜਾਂ ਕੋਈ ਚੀਜ਼ ਲੈਣ ਲਈ ਇਜਾਜ਼ਤ ਕਿਵੇਂ ਲੈ ਸਕਦੇ ਹਾਂ ਜਦ ਅਸੀਂ ਪ੍ਰਸ਼ਨ ਪੁੱਛਦੇ ਹਾਂ ਤਾਂ ਅਸੀਂ ਇੰਗਲਿਸ਼ ਵਿੱਚ ਕੈਨ ਕਹਿੰਦੇ ਹਾਂ ਅਸੀਂ ਪੰਜਾਬੀ ਵਿੱਚ ਕੀ ਜਾ ਸਕਦੇ ਸ਼ਬਦ ਕਹਿ ਸਕਦੇ ਹਾਂ ਪਰ ਅਸੀਂ ਪ੍ਰਸ਼ਨ ਕੀ ਸ਼ਬਦ ਤੋਂ ਬਿਨਾ ਵੀ ਪੁੱਛ ਸਕਦੇ ਹਾਂ ਜਿਵੇਂ ਮੈਨੂੰ ਪਿਆਸ ਤਰੇ ਲੱਗੀ ਹੈ ਇਹ ਦੋਨੋਂ ਸ਼ਬਦਾਂ ਦਾ ਮਤਲਬ ਹੈ ਥਰਸਟ ਆਮ ਥਰਸਟੀ ਕੀ ਮੈਂ ਪਾਣੀ ਪੀ ਸਕਦਾ ਹਾਂ ਜਾ ਤੁਸੀਂ ਕਹਿ ਸਕਦੇ ਹੋ ਮੈਂ ਪਾਣੀ ਪੀ ਸਕਦੀ ਹਾਂ ਤੁਸੀਂ ਆਪਣੀ ਆਵਾਜ਼ ਨੂੰ ਉੱਚੇ ਲੈ ਕੇ ਜਾ ਸਕਦੇ ਹੋ ਤੁਹਾਨੂੰ ਕੀ ਕਹਿਣ ਦੀ ਜ਼ਰੂਰਤ ਨਹੀਂ ਮੇਰਾ ਢਿੱਡ ਜਾਂ ਪੇਟ ਦੁਖਦਾ ਹੈ ਤੁਸੀਂ ਢਿੱਡ ਵੀ ਕਹਿ ਸਕਦੇ ਹੋ ਪੇਟ ਵੀ ਕਹਿ ਸਕਦੇ ਹੋ ਕੀ ਮੈਂ ਨਰਸ ਕੋਲ ਜਾ ਸਕਦਾ ਹਾਂ ਜਾਂ ਤੁਸੀਂ ਕਹਿ ਸਕਦੇ ਹੋ ਮੈਂ ਨਰਸ ਕੋਲ ਜਾ ਸਕਦੀ ਹਾਂ ਮੇਰੇ ਕੋਲ ਪੈਨਸਲ ਨਹੀਂ ਕੀ ਮੈਂ ਪੈਨਸਲ ਲੈ ਸਕਦੀ ਹਾਂ ਜਾਂ ਤੁਸੀਂ ਕਹਿ ਸਕਦੇ ਹੋ ਮੈਂ ਪੈਨਸਲ ਲੈ ਸਕਦਾ ਹਾਂ ਕੀ ਮੈਂ ਬਾਥਰੂਮ ਜਾ ਸਕਦਾ ਹਾਂ ਮੈਂ ਬਾਥਰੂਮ ਜਾ ਸਕਦੀ ਹਾਂ ਮੇਰੇ ਕੋਲ ਕਿਤਾਬ ਨਹੀਂ ਹੈ ਕੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਦਾ ਹਾਂ ਜਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਦੀ ਹਾਂ ਸੋ ਤੁਸੀਂ ਨੋਟ ਕਰੋ ਕਿ ਐਸੀ ਸਕਦਾ ਤੇ ਸਕਦੀ ਸ਼ਬਦ ਵਰਤ ਰਹੇ ਆ ਰਾਈਟ ਸਕਦਾ ਮੁੰਡੇ ਕਹਿੰਦੇ ਨੇ ਸਕਦਾ ਕੁੜੀਆਂ ਕਹਿੰਦੀਆਂ ਨੇ ਠੀਕ ਹੈ ਸੋ ਇਹ ਵਾਲੇ ਵਾਕ ਤੁਸੀਂ ਦੁਬਾਰਾ ਪੜੋਗੇ ਠੀਕ ਹੈ ਤੇ ਇਹਦੇ ਨਾਲ ਤੁਹਾਨੂੰ ਰੀਡਿੰਗ ਦੀ ਪ੍ਰੈਕਟਿਸ ਹੋ ਜਾਏਗੀ ਫਿਰ ਤੁਸੀਂ ਕੀ ਕਰੋਗੇ ਕਿ ਇਹਨਾਂ ਦੇ ਵਿੱਚ ਮਿਸਿੰਗ ਸ਼ਬਦ ਨੇ ਐ ਸੇਮ ਵਾਕ ਦੇ ਐ ਮਿਸਿੰਗ ਸ਼ਬਦ ਤੁਸੀਂ ਪੜੋਗੇ ਫੋਰ ਐਗਜ਼ਾਮਪਲ ਮੈਨੂੰ ਪਿਆਸ ਜਾਂ ਤਰੇ ਇੱਥੇ ਕੀ ਹੈ है लगी लगी है कि मैं पानी पी जे तीन मुंडाओ तो लिखोगे सकता हां जे कु हो तो लिखोगे सकती हां ठीक है सो इस तरह तुम ए वाक पढ़ोगे सारे मेरा ढिड पेट दुखदा है कि मैं नर्स को जा सकदा हाँ या सकती हां मेरे पेंसिल नहीं ਮੈਂ ਪੈਨਸਲ ਲੈ ਸਕਦਾ ਹਾਂ ਜਾਂ ਸਕਦੀ ਹਾਂ ਮੇਰੇ ਕੋਲ ਕਿਤਾਬ ਨਹੀਂ ਹੈ ਮੈਂ ਤੁਹਾਡੇ ਨਾਲ ਕਿਤਾਬ ਸ਼ੇਅਰ ਕਰ ਸਕਦਾ ਹਾਂ ਜਾਂ ਕਰ ਸਕਦੀ ਹਾਂ ਠੀਕ ਹੈ ਇਜ਼ੀ ਲੈਸਨ ਰਾਈਟ ਇਦਨਾਂ ਤਨ ਰੀਡਿੰਗ ਪ੍ਰੈਕਟਿਸ ਹੋ ਜਾਏਗੀ ਤੇ ਮੰਡੇ ਦਾ ਹੋਮਵਰਕ ਕੀ ਹੈ ਤੁਸੀਂ ਇਹ ਕਾਮਨ ਕਨਵਰਸੇਸ਼ਨਸ ਨੂੰ ਪੜੋਗੇ ਠੀਕ ਹੈ ਇਹਨਾਂ ਨੂੰ ਯਾਦ ਕਰੋਗੇ ਇਹਨਾਂ ਦੇ ਇਹ ਇੰਗਲਿਸ਼ ਮਤਲਬ ਲਿਖੇ ਨੇ ਇਹ ਸਾਰੀਆਂ ਤੁਸੀਂ ਆਪਣੀ ਇੰਟਰੋਡਕਸ਼ਨ ਵਿੱਚ ਵੀ ਲਿਖੀਆਂ ਅਸੀਂ ਪਿਛਲੇ ਹਫਤੇ ਵੀ ਸੁਣੀਆਂ ਸੀ ਠੀਕ ਹੈ ਤੇ ਤੁਹਾਨੂੰ ਇਹ ਆਣੀਆਂ ਚਾਹੀਦੀਆਂ ਨੇ ਯਾਦ ਹੋਣੀਆਂ ਚਾਹੀਦੀਆਂ ਨੇ ਠੀਕ ਹੈ ਬੜੀਆਂ ਈਜ਼ੀ ਨੇ ਸਤ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਕੀ ਹਾਲ ਚਾਲ ਹੈ ਮੈਂ ਠੀਕ ਹਾਂ ਤੂੰ ਕਿੱਦਾਂ ਮੈਂ ਠੀਕ ਹਾਂ ਬਸ ਵਧੀਆ ਸਭ ਵਧੀਆ ਮੈਨੂੰ ਆਪਣੇ ਬਾਰੇ ਵਿੱਚ ਦੱਸੋ ਮੈਂ ਪੰਜਾਬੀ ਸਕੂਲ ਵਿੱਚ ਚੌਥੇ ਲੈਵਲ ਵਿੱਚ ਹਾਂ ਮੈਂ ਪੰਜਾਬੀ ਸਿੱਖਣੀ ਪਸੰਦ ਕਰਦੀ ਹਾਂ ਜਾਂ ਕਰਦਾ ਹਾਂ ਤੇਰਾ ਮਨਪਸੰਦ ਫਲ ਕਿਹੜਾ ਹੈ ਮੇਰਾ ਮਨਪਸੰਦ ਫਲ ਬਲੈਂਕ ਹੈ ਤੁਹਾਡਾ ਮਨਪਸੰਦ ਮੌਸਮ ਕਿਹੜਾ ਹੈ ਮੇਰਾ ਮਨਪਸੰਦ ਮੌਸਮ ਮੀਂਹ ਹੈ ਬਰਫ਼ ਹੈ ਤੁਪ ਹੈ ਬਦਲ ਜਦ ਬਦਲ ਕਰ ਬਦਲ ਕਰ ਕਰਜਦਾ ਹੈ ਕੁਝ ਵੀ ਕਹਿ ਸਕਦੇ ਹੋ ਤੁਹਾਡਾ ਮਨ ਪਸੰਦ ਖਾਣਾ ਕਿਹੜਾ ਹੈ ਮੇਰਾ ਮਨ ਪਸੰਦ ਖਾਣਾ ਬਲੈਂਕ ਹੈ ਤੁਹਾਨੂੰ ਮਿਲ ਕੇ ਚੰਗਾ ਲੱਗਾ ਮੈਨੂੰ ਵੀ ਚਲੋ ਫਿਰ ਮਿਲਾਂਗੇ ਠੀਕ ਹੈ ਇਜ਼ੀ ਹੈ ਨਾ tuesday ਤੁਸੀਂ ਇਹ ਵਾਲੇ ਇੰਗਲਿਸ਼ ਦੇ ਫਰੇਜ਼ਸ ਦੇ ਸੈਂਟੈਂਸ ਨੂੰ ਪੰਜਾਬੀ ਟ੍ਰਾਂਸਲੇਸ਼ਨ ਲਿਖੋਗੇ ਤੁਸੀਂ ਇੱਥੋਂ ਵੀ ਕਾਪੀ ਕਰ ਸਕਦੇ ਹੋ ਤੇ ਤੁਸੀਂ ਆਪੇ ਵੀ ਲਿਖ ਸਕਦੇ ਹੋ wednesday ਤੁਸੀਂ ਹੈਲਪਿੰਗ ਵਰਬਸ অক্সਿਲਰੀ ਵਰਬਸ ਇੱਥੇ ਲਿਖਣਗੇ ਦੇ ਨੇ ਹੈ ਹਾਂ ਹਨ ਇਹ ਵਾਕ পড়ੋਗੇ ਤੇ ਇੱਥੇ ਠੀਕ ਵਾਕ ਅੱਖਰ ਲਿਖੋਗੇ ਚਬਦ ਲਿਖੋਗੇ ਠੀਕ ਹੈ thursday ਨੂੰ ਤੁਸੀਂ ਟਾਈਮਰ ਸੈੱਟ ਕਰੋ ਜਿਹੜੀਆਂ ਇਹ ਕਾਮਨ ਕਨਵਰਸੇਸ਼ਨਸ ਨੇ ਇਹਨਾਂ ਨੂੰ ਤੁਸੀਂ ਪੜੋ ਤੁਹਾਨੂੰ ਪੜਨ ਵਿੱਚ ਕਿੰਨੇ ਮਿੰਟ ਲੱਗੇ ਉਹ ਤੁਸੀਂ ਟਾਈਮ ਇੱਥੇ ਲਿਖੋਗੇ ਇਹਦੇ ਨਾਲ ਤੁਹਾਨੂੰ ਪੰਜਾਬੀ ਦੀ ਰੀਡਿੰਗ ਦੀ ਪ੍ਰੈਕਟਿਸ ਹੋ ਜਾਏਗੀ ਰਾਈਟਿੰਗ ਦੀ ਪ੍ਰੈਕਟਿਸ ਹੋ ਜਾਏਗੀ ਤੇ ਤੁਸੀਂ ਪੰਜੇ ਚੰਗੇ ਪੰਜਾਬੀ ਰੀਡਰ ਬਣ ਜਾਓਗੇ ਠੀਕ ਹੈ ਸੋ ਅੱਜ ਦਾ ਸਾਡਾ ਲੈਸਨ ਇੰਨਾ ਹੀ ਹੈ ਸੋ ਅਗਲੇ ਹਫਤੇ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ